ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਕਿਹਦੇ ਵੱਲੋਂ? ਕਲੋਨੀ ਦੇ ਮਾਲਕ ਗੁਰਨਾਮ ਸਿੰਘ ਵੱਲੋਂ। ਉਹਨਾਂ ਨੇ ਗੱਡੀ ਖੋਲ੍ਹੀ, ਮੈਨੂੰ ਗੱਡੀ 'ਚੋਂ ਕੱਪੜਿਆਂ ਤੋਂ ਫੜ ਕੇ ਬਾਹਰ ਖਿੱਚ ਲਿਆ ਅਤੇ ਕਲੋਨਾਈਜ਼ਰ ਨੇ ਅਤੇ ਮੇਰੇ ਥੱਪੜ ਮਾਰੇ ਸਾਰੇ ਦੇ ਸਾਹਮਣੇ ਉੱਥੇ, ਔਰ ਬਹੁਤ ਗੰਦੀਆਂ ਗੰਦੀਆਂ ਗਾਲੀਆਂ ਕੱਢੀਆਂ। ਸ਼ਾਇਦ ਇਹ ਭੁੱਲ ਗਏ ਨੇ ਕਿ ਇਹਨਾਂ ਦੇ ਵੀ ਘਰ ਕੋਈ ਮਾਂ ਭੈਣ, ਕੋਈ ਧੀ ਇਹਨਾਂ ਦੀ ਵੀ ਹੋਏਗੀ। ਮੈਂ ਸਿਰਫ ਆਪਣੀ ਡਿਊਟੀ ਕਰ ਰਹੀ ਸੀਗੀ, ਮੈਂ ਸਿਰਫ ਜੋ ਵਾਜਿਬ ਸੀ ਰੂਲਾਂ ਅਨੁਸਾਰ ਕਾਰਵਾਈ ਕਰਨੀ ਸੀ ਉਹੀ ਕਰ ਰਹੀ ਸੀ ਉੱਥੇ। ਇਸ ਵੇਲੇ ਟਿੱਬਾ ਥਾਣੇ 'ਚ ਅਸੀਂ ਮੌਜੂਦ ਹਾਂ। ਕਾਰਪੋਰੇਸ਼ਨ ਦੀ ਇੰਸਪੈਕਟਰ ਕਸ਼ਿਸ਼ ਔਰ ਉਹਨਾਂ ਦੇ ਸਾਥੀ ਸੀਗੇ, ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ। ਗੱਲਬਾਤ ਕਰ ਲੈਂਦੇ ਹਾਂ ਕਸ਼ਿਸ਼, ਕੀ ਹੋਇਆ ਅੱਜ? ਅਸੀਂ ਕਲੋਨੀ, ਨਜਾਇਜ਼ ਕਲੋਨੀ ਬਣ ਰਹੀ ਸੀਗੀ ਡੰਪ ਦੇ ਨੇੜੇ, ਉੱਥੇ ਕਾਰਵਾਈ ਕਰਨ ਗਏ ਸੀਗੇ ਸਰਕਾਰ ਦੇ ਹੁਕਮਾਂ ਮੁਤਾਬਿਕ। ਪਰ ਜਦੋਂ ਅਸੀਂ ਉੱਥੇ ਕਾਰਵਾਈ ਕਰਕੇ ਵਾਪਿਸ ਜਾ ਰਹੇ ਸੀਗੇ, ਅਸੀਂ ਆਪਣੀ ਗੱਡੀ 'ਚ ਬੈਠ ਕੇ ਵਾਪਿਸ ਜਾ ਰਹੇ ਸੀ ਤਾਂ ਕਲੋਨੀ ਦੇ ਮਾਲਕ ਵੱਲੋਂ ਸਾਡੀ ਗੱਡੀ ਨੂੰ ਬਾਰ ਬਾਰ ਪਿੱਛੋਂ ਦੀ ਠੋਕਰ ਮਾਰੀ ਗਈ, ਸਾਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਕਿਹਦੇ ਵੱਲੋਂ? ਕਲੋਨੀ ਦੇ ਮਾਲਕ ਗੁਰਨਾਮ ਸਿੰਘ ਵੱਲੋਂ। ਅਸੀਂ ਕਿਸੇ ਤਰ੍ਹਾਂ, ਮੇਰੇ ਨਾਲ ਹੋਰ ਮੇਰੇ ਸਾਥੀ ਸੀਗੇ ਦਵਿੰਦਰ ਸਿੰਘ ਜੀ, ਜੋ ਗੱਡੀ ਚਲਾ ਰਹੇ ਸੀ, ਉਹਨਾਂ ਨੇ ਕਿਸੇ ਤਰ੍ਹਾਂ ਗੱਡੀ ਨੂੰ ਮੋੜ ਕੇ ਸਾਡੀ ਜਾਨ ਬਚਾਈ। ਤਾਂ ਉਹਨਾਂ ਵੱਲੋਂ ਅੱਗੇ ਜਿਹੜਾ ਇੱਕ ਸਬਜ਼ੀ ਦਾ ਠੇਲਾ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਟੱਕਰ ਮਾਰ ਕੇ ਉਹਨਾਂ, ਉਹ ਜੋ ਸਬਜ਼ੀ ਵਾਲਾ ਸੀਗਾ ਉਹਦੀ ਵੀ ਕਾਫੀ ਅੱਖ ਦੇ ਵਿੱਚ ਚੋਟ ਵਗੈਰਾ ਆ ਗਈ। ਔਰ ਉਸ ਤੋਂ ਬਾਅਦ ਉਹਨਾਂ ਨੇ, ਜਦੋਂ ਅਸੀਂ ਗੱਡੀ ਰੋਕ ਲਈ, ਉਹਨਾਂ ਨੇ ਵੀ ਗੱਡੀ ਰੋਕੀ। ਮੈਂ ਗੱਡੀ ਦੇ ਵਿੱਚ ਹੀ ਬੈਠੀ ਹੋਈ ਸੀਗੀ ਸਭ ਤੋਂ ਰਾਈਟ ਵਾਲੀ ਸਾਈਡ 'ਤੇ। ਉਹ ਨਿਕਲ ਕੇ ਆਏ, ਉਹਨਾਂ ਨੇ ਗੱਡੀ ਖੋਲ੍ਹੀ, ਮੈਨੂੰ ਗੱਡੀ 'ਚੋਂ ਕੱਪੜਿਆਂ ਤੋਂ ਫੜ ਕੇ ਬਾਹਰ ਖਿੱਚ ਲਿਆ ਅਤੇ ਕਲੋਨਾਈਜ਼ਰ ਨੇ ਅਤੇ ਮੇਰੇ ਥੱਪੜ ਮਾਰੇ ਸਾਰੇ ਦੇ ਸਾਹਮਣੇ ਉੱਥੇ, ਔਰ ਬਹੁਤ ਗੰਦੀਆਂ ਗੰਦੀਆਂ ਗਾਲੀਆਂ ਕੱਢੀਆਂ। ਸ਼ਾਇਦ ਇਹ ਭੁੱਲ ਗਏ ਨੇ ਕਿ ਇਹਨਾਂ ਦੇ ਵੀ ਘਰ ਕੋਈ ਮਾਂ ਭੈਣ, ਕੋਈ ਧੀ ਇਹਨਾਂ ਦੀ ਵੀ ਹੋਏਗੀ। ਜੋ ਇਹਨਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਹੈ ਉਹ ਕੋਈ ਵੀ ਬਾਪ ਆਪਣੀ ਧੀ ਨਾਲ ਨਹੀਂ ਕਰ ਸਕਦਾ ਹੈ। ਸਿਰਫ ਆਪਣੀ ਡਿਊਟੀ ਕਰ ਰਹੇ ਸੀ? ਮੈਂ ਸਿਰਫ ਆਪਣੀ ਡਿਊਟੀ ਕਰ ਰਹੀ ਸੀਗੀ, ਮੈਂ ਸਿਰਫ ਜੋ ਵਾਜਿਬ ਸੀ ਰੂਲਾਂ ਅਨੁਸਾਰ ਕਾਰਵਾਈ ਕਰਨੀ ਸੀ ਉਹੀ ਕਰ ਰਹੀ ਸੀ ਉੱਥੇ। ਮੇਰੇ ਵੱਲੋਂ ਹੋਰ ਕੋਈ ਕੰਮ ਨਹੀਂ ਕੀਤਾ ਗਿਆ, ਪਰ ਉਸ ਵੱਲੋਂ ਬਹੁਤ ਹੀ ਨਜਾਇਜ਼ ਹਰਕਤ। ਜਦੋਂ ਤੁਸੀਂ ਉੱਥੇ ਗਏ ਤਾਂ ਉਦੋਂ ਤੁਹਾਨੂੰ ਰੋਕਿਆ ਗਿਆ ਕਿ ਤੁਸੀਂ ਆਪਣੀ ਕਾਰਵਾਈ ਨਾ ਕਰੋ, ਅਤੇ ਤੁਹਾਨੂੰ ਉਦੋਂ ਧਮਕੀਆਂ ਵੀ ਕੋਈ ਦਿੱਤੀਆਂ ਗਈਆਂ ਜਦੋਂ ਤੁਸੀਂ ਉੱਥੇ ਕਲੋਨੀ ਵਾਲੀ ਜਗ੍ਹਾ 'ਤੇ ਸਪੋਟ 'ਤੇ ਗਏ ਸੀਗੇ? ਅਸੀਂ ਜਦੋਂ ਉੱਥੇ ਗਏ ਸੀ ਉਦੋਂ ਕਲੋਨਾਈਜ਼ਰ ਨਹੀਂ ਸੀ ਉੱਥੇ। ਜਦੋਂ ਅਸੀਂ ਗੱਡੀ 'ਚੋਂ ਵਾਪਿਸ ਆਉਣ ਜਾ ਰਹੇ ਸੀਗੇ, ਅਸੀਂ ਕਾਰਵਾਈ ਕਰਕੇ ਵਾਪਿਸ ਜਾਣ ਲੱਗੇ ਸੀ ਤਾਂ ਪਿੱਛੋਂ ਦੀ ਗੱਡੀ ਲੈ ਕੇ ਆਏ ਉਸੇ ਟਾਈਮ 'ਤੇ। ਅਸੀਂ ਵਾਪਿਸ ਜਾ ਰਹੇ ਸੀ, ਅਸੀਂ ਕਿਤੇ ਹੋਰ ਕਾਰਵਾਈ ਕਰਨ ਜਾ ਰਹੇ ਸੀਗੇ, ਪਰ ਉਹਨਾਂ ਤੋਂ ਵੱਲੋਂ ਦੀ ਪਿੱਛੇ ਗੱਡੀ 'ਚੋਂ ਗੱਡੀ ਮਾਰੀ ਗਈ, ਬਾਰ ਬਾਰ ਗੱਡੀ ਮਾਰੀ ਗਈ। ਤੁਹਾਡੀ ਗੱਡੀ 'ਚ ਉਹਨਾਂ ਨੇ ਆਪਣੀ ਗੱਡੀ ਮਾਰੀ? ਆਪਣੀ ਗੱਡੀ ਮਾਰੀ, ਸਾਨੂੰ ਇਸ ਤਰ੍ਹਾਂ ਮਾਰੀ ਕਿ ਉਹ ਗੱਡੀ ਕਿਸੇ ਵੀ ਤਰ੍ਹਾਂ ਅਨਕੰਟਰੋਲ ਹੋ ਕੇ ਪਲਟ ਸਕਦੀ ਸੀ, ਅਸੀਂ ਮਾਰ ਸਕਦੇ ਸੀ, ਕੁਛ ਵੀ ਹੋ ਸਕਦਾ ਸੀ, ਪਰ ਉਹਨਾਂ ਵੱਲੋਂ ਇਹ ਚੀਜ਼ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ। ਤੁਹਾਡੇ ਕੱਪੜਿਆਂ ਨੂੰ ਵੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਹੱਥ ਪਾਇਆ? ਮੈਂ ਗੱਡੀ 'ਚ ਬੈਠੀ ਹੋਈ ਸੀ, ਉਹਨਾਂ ਨੇ ਕੱਪੜੇ ਪਕੜ ਕੇ, ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਕੱਪੜਿਆਂ 'ਤੇ ਪਾ ਕੇ ਹੱਥ ਮੈਨੂੰ ਬਾਹਰ ਖਿੱਚਿਆ, ਥੱਪੜ ਮਾਰੇ ਮੇਰੇ, ਔਰ ਇੰਨੀ ਗੰਦੀ ਗਾਲੀਆਂ ਕੱਢੀਆਂ ਜੋ ਮੈਂ ਨਹੀਂ ਦੱਸ ਸਕਦੀ ਤੁਹਾਨੂੰ ਕੈਮਰੇ 'ਤੇ। ਠੀਕ ਹੈ, ਤੁਸੀਂ ਹੌਸਲਾ ਰੱਖੋ, ਬਹੁਤ ਬਰੇਵ ਹੋ ਤੁਸੀਂ ਕਿ ਤੁਸੀਂ ਮੀਡੀਆ ਦੇ ਸਾਹਮਣੇ ਆ ਕੇ ਆਪਣੀ ਗੱਲ ਰੱਖ ਰਹੇ ਹੋ। ਅਕਸਰ ਲੋਕ ਇਹਨਾਂ ਰਸੂਖਦਾਰ ਲੋਕਾਂ ਤੋਂ ਡਰ ਜਾਂਦੇ ਆ, ਤੁਸੀਂ ਨਾਲ ਸੀਗੇ ਜੀ ਉਸ ਵੇਲੇ, ਕੀ ਹੋਇਆ ਥੋੜ੍ਹਾ ਜਿਹਾ, ਕਿਉਂਕਿ ਉਹ ਸਹਿਮੇ ਹੋਏ ਨੇ, ਥੋੜ੍ਹਾ ਡਿਟੇਲ 'ਚ ਦੱਸੋ। ਜਦੋਂ ਅਸੀਂ ਇਸ ਅਨਅਥੋਰਾਈਜ਼ਡ ਕਲੋਨੀ 'ਤੇ ਕਾਰਵਾਈ ਕਰਕੇ, ਕਿਹੜੇ ਏਰੀਏ ਦੀ ਕਲੋਨੀ? ਇਹ ਆਪਣੇ ਸੀਗੀ ਰਾਜਨ ਅਸਟੇਟ, ਟਿੱਬਾ ਰੋਡ ਨੇੜੇ ਗਏ ਆਪਣੇ ਟ੍ਰੀਟਮੈਂਟ ਪਲਾਂਟ, ਉੱਥੇ ਅਸੀਂ ਨਜਾਇਜ਼ ਕਲੋਨੀ ਸੀ ਉੱਥੇ ਕਾਰਵਾਈ ਕਰਕੇ। ਇਸ ਤੋਂ 15 ਦਿਨ ਪਹਿਲਾਂ ਵੀ ਇਸ ਕਲੋਨੀ 'ਤੇ ਅਸੀਂ ਨਜਾਇਜ਼ ਕਾਰਵਾਈ ਕੀਤੀ ਸੀ, ਅਤੇ ਹੁਣ ਅਸੀਂ ਜਦੋਂ ਇਸ ਕਲੋਨੀ 'ਤੇ ਬਣ ਰਹੇ ਮਕਾਨਾਂ ਨੂੰ ਗਿਰਾ ਕੇ ਵਾਪਸ ਆ ਰਹੇ ਸੀ,
ਤਾਂ ਕਲੋਨੀ ਦੇ ਮਾਲਕ ਵੱਲੋਂ ਸਾਡੀ ਗੱਡੀ ਨੂੰ 2-3 ਵਾਰ ਹਿੱਟ ਕੀਤਾ ਗਿਆ। ਉਸ ਉਪਰੰਤ ਉਸਨੇ ਸਾਡੇ ਨਾਲ ਦੇ ਇੰਸਪੈਕਟਰ ਕਸ਼ਿਸ਼ ਗਰਗ ਨੂੰ ਟਾਕੀ 'ਚੋਂ ਉਤਾਰ ਕੇ ਉਸ ਨਾਲ ਹੱਥੋਪਾਈ ਕੀਤੀ ਅਤੇ ਗਾਲੀ ਗਲੋਚ ਵੀ ਕੀਤਾ। ਅਤੇ ਹੁਣ ਕਾਰਪੋਰੇਸ਼ਨ ਦੇ ਜਿੰਨੇ ਮੁਲਾਜ਼ਮ ਨੇ ਉਹਨਾਂ ਦਾ ਕੀ ਰੁੱਖ ਹੈਗਾ ਇਸ ਤੋਂ ਬਾਅਦ? ਇਸ ਤੋਂ ਬਾਅਦ ਜੇਕਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਊਗੀ। ਇਹ ਵੀ ਕਿਹਾ ਜਾ ਰਿਹਾ ਕਿ ਕੋਈ ਰਾਜਸੀ ਦਬਾਅ ਵੀ ਉਹਦੇ ਪਿੱਛੇ ਉਹ ਉਸ ਰਸੂਖ ਦੇ ਤਹਿਤ ਕੋਲੋਨਾਈਜ਼ਰ ਜਿਹੜਾ ਇਹ ਸਭ ਕਰ ਰਿਹਾ, ਇਸ ਬਾਰੇ ਨਹੀਂ ਪਤਾ ਜੀ ਸਾਨੂੰ। ਠੀਕ ਹੈ, ਸੋ ਇਹ ਟਿੱਬਾ ਰੋਡ ਦੀ ਇਹ ਘਟਨਾ ਹੈ ਲੁਧਿਆਣਾ ਦੀ ਅੱਜ, ਜਿੱਥੇ ਇੱਕ ਮਹਿਲਾ ਅਫਸਰ ਦੇ ਨਾਲ ਬਦਸਲੂਕੀ ਕੀਤੀ ਗਈ, ਉਸਦੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ ਗਈ, ਥੱਪੜ ਮਾਰੇ ਗਏ, ਬਕਾਇਦਾ ਜਾਨੋ ਮਾਰਨ ਤੱਕ ਦੀ ਕੋਸ਼ਿਸ਼ ਹੈ ਉਹਨਾਂ ਦੀ। ਕਾਰ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਕਾਰ ਦੀਆਂ, ਇਹ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤਰ੍ਹਾਂ ਇਹ ਕਹਿ ਰਹੇ ਨੇ। ਇਹਨਾਂ ਨੇ ਥਾਣੇ ਦੇ ਵਿੱਚ ਆ ਕੇ ਦਰਖਾਸਤ ਦਿੱਤੀ ਹੈ, ਔਰ ਕੋਲੋਨਾਈਜ਼ਰ ਦੀ ਗੁੰਡਾਗਰਦੀ ਇਸ ਕਰਕੇ ਵੀ ਦੱਸੀ ਜਾ ਰਹੀ ਹੈ ਕਿਉਂਕਿ ਉਸਦੇ ਕੁਝ ਰਾਜਸੀ ਆਗੂਆਂ ਦੇ ਨਾਲ ਨੇੜਲੇ ਸੰਬੰਧ ਨੇ। ਕੋਈ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਜਿਹਦੇ ਵਿੱਚ ਉਹ ਇੱਕ ਰਾਜਸੀ ਆਗੂ ਦੇ ਨਾਲ, ਖਾਸ ਤੌਰ 'ਤੇ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਆਗੂਆਂ ਦੇ ਨਾਲ ਬੈਠੇ ਦਿਖਾਈ ਦੇ ਰਹੇ ਨੇ। ਚੋਣਾਂ ਦਾ ਦੌਰ ਹੈ ਤਾਂ ਸ਼ਾਇਦ ਇਹ ਲੱਗਦਾ ਹੋਵੇ ਕੋਲੋਨਾਈਜ਼ਰ ਨੂੰ ਕਿ ਉਹਨਾਂ ਦਾ ਕੁਝ ਨਹੀਂ ਹੋ ਸਕਦਾ, ਔਰ ਇਹ ਅਫਸਰਾਂ ਦੀ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾ ਕੇ ਆਪਣੀ ਮਨਮਰਜ਼ੀ ਕਰ ਸਕਦੇ ਹੈ। ਇਸ ਦੇ ਖਿਲਾਫ਼ ਕਾਰਪੋਰੇਸ਼ਨ ਦੇ ਤਮਾਮ ਕਰਮਚਾਰੀ ਔਰ ਅਫਸਰ ਜਿਹੜੇ ਕਹਿ ਰਹੇ ਆ ਕਿ ਉਹ ਅਣਮਿੱਥੇ ਸਮੇਂ ਦੇ ਲਈ ਹੜਤਾਲ 'ਤੇ ਚਲੇ ਜਾਣਗੇ। ਕੱਲ੍ਹ CM ਅਮਰਿੰਦਰ ਸਿੰਘ ਵੀ ਲੁਧਿਆਣਾ ਪਹੁੰਚ ਰਿਹਾ ਹੈ, ਤਾਂ ਸਵਾਲ ਉੱਠਦਾ ਹੈ ਕਿ ਸਰਕਾਰੀ ਮੁਲਾਜ਼ਮ ਹੀ ਸੂਬੇ ਦੇ ਵਿੱਚ ਜੇਕਰ ਸੁਰੱਖਿਅਤ ਨਹੀਂ ਹੈਗਾ ਤਾਂ ਆਮ ਵਿਅਕਤੀ ਦੇ ਕੀ ਹਾਲਾਤ ਹੋਣਗੇ, ਲਾਅ ਐਂਡ ਆਰਡਰ ਕੈਸਾ ਹੋਊਗਾ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲੁਧਿਆਣਾ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।